उम्मीद तो पूरी है जी, पर जे उम्मीद से कोई पानी फिर है जी, फिर कराड़ा ही वध कर देंगे चलता है जी। ते जे असी शांतमई है, जे सानू अशांतमई करनगे फिर 80 साल की उम्र खंडा भी खड़क जाता, खुरचने भी खड़क जाते, कोई चक्कर नहीं। कहिंदा मैं कल नूं अपनी घरवाली नूं दवाई दवाउण गया उधरों दी उपर नूं, कहिंदी अगे उहने देख लै निहंग, कहिंदी छेती चल मैनूं दवाई दी लोड़ कोई नहीं, ते हुण इह संद आ गया कि मोदी दा देण नहीं दे सकदे, जिन्ने सानूं एड्डी सोहणी जगह ते समानता ते सानूं दिल्ली विखाती, असीं कदी दिल्ली नहीं वेखी, ते एड्डी एड्डियां संगतां ने जिन्हां दे रूह वेखण डए आ, ते आ गुरु महाराज दा करछा ते चलण नहीं डिया। तो सत श्री अकाल जी, 8 तरीक रात का समा, तो कल दे 9 तरीक के फैसले दी उम्मीदा ने, 9 तरीक के फैसले ते बहुत सारयां दा जिन्ने भी मतलब इत्थे संघर्ष दे विच नौजवान बजुर्ग साडे बापू सारे पहुँचे ने, कितना ना कितने कल नूं वड्डे फैसले की उम्मीद रखी जाती है। सो मेरे पिछे इधर साडे फादर साहब कह लो, साडे बजुर्ग कह लो, साडे मापे कह लो, वह इधर नाल दी नाल दुद्ध उबालिया जा रहा, तो नाल नाल अपनियां कोई गल्लां बातां दुख सुख कर रहे हैं, उन्हां नाल आपां गल्लबात करते, उन्हां नूं पुछदे हां कि उम्मीद है कल नूं आपां सारे ढोल बजाउंदे जावांगे वापस, तो अरदास करते हैं कि परमात्मा करे पॉजिटिव फैसला आवे, कल 9 तरीक है, अज 8 तरीक है। सो गल्लबात करते हैं, ਇੱਧਰ ਪਾਸਾ ਜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਠੀਕ ਠਾਕ? ਕਿਹੜਾ ਪਿੰਡ ਜੀ ਆਪਣਾ? ਪਿੰਡ ਜੀ ਸਾਡਾ ਮਾਨਸਾ ਜ਼ਿਲ੍ਹਾ, ਪਿੰਡ ਹੋਲਾ ਕਲਾਂ ਜੀ। ਨਾਮ ਕੀ ਹੈ ਜੀ ਆਪਣਾ? ਮਨਜਿੰਦਰ ਸਿੰਘ ਜੀ। ਕੱਲ ਨੂੰ ਅੱਜ 8 ਤਰੀਕ ਦੀ ਰਾਤ ਹੈ, ਕੱਲ ਨੂੰ ਫਾਈਨਲ ਮੀਟਿੰਗ ਹੈ ਆਪਣੀ। ਹਾਂਜੀ ਹਾਂਜੀ। ਤੇ ਕੱਲ ਨੂੰ ਕੀ ਉਮੀਦ ਹੈ, ਕੱਲ ਨੂੰ ਫਿਰ ਭੰਗੜੇ ਪਾਉਂਦੇ ਜਾਵਾਂਗੇ, ਉਹਦੇ ਬਾਰੇ ਥੋੜੀ ਬਹੁਤੀ? ਦੇਖੋ ਉਮੀਦ ਤਾਂ ਪੂਰੀ ਹੈ ਜੀ, ਪਰ ਜੇ ਉਮੀਦ ਤੇ ਕੋਈ ਪਾਣੀ ਫਿਰਦਾ ਹੈ ਜੀ, ਫਿਰ ਕਰਾੜਾ ਹੀ ਇਹ ਤੋਂ ਵੱਧ ਕਰ ਦਾਂਗੇ, ਮੋਰਚੇ ਪੱਕੇ ਹੀ ਨੇ। ਮੋਰਚੇ ਤਾਂ ਪੱਕੇ ਨੇ, ਇਹ ਤਾਂ ਜਿੱਦਣ ਅਸੀਂ ਤੁਰੇ ਸੀਗੇ ਉਦਣ ਹੀ ਗੱਲਾਂ ਹੋ ਗਈਆਂ ਸੀ, ਰਾਸ਼ਨ 6 ਮਹੀਨਿਆਂ ਦਾ ਹਲੇ ਤਾਂ ਨਹੀਂ, 12 ਤੋਂ ਫਿਰ। ਇਹ ਵੀਰ ਮੇਰਾ 6 ਮਹੀਨਿਆਂ ਦੀ ਗੱਲ ਕਰਦੇ ਹੋ ਜੀ, ਇੱਥੇ ਸਦੀਆਂ ਤੱਕ ਨਹੀਂ ਮੁੱਕਦਾ ਰਾਸ਼ਨ, ਬਿਲਕੁਲ 6 ਮਹੀਨੇ ਖਾਲਸੇ ਦੀ ਫੌਜ ਆ, ਖਾਲਸੇ ਦੀ ਫੌਜ, ਤੇ ਖਾਲਸੇ ਦੀ ਫੌਜ ਨਾਲ ਦੂਜੀ ਵੀ ਫੌਜ ਜਿਹੜੀ ਲੜੀ ਆ ਦੂਜੀਆਂ ਸੂਬਿਆਂ ਦੀ, ਉਹ ਵੀ ਹੁਣ ਖਾਲਸਾ ਫੌਜ ਹੀ ਬਣ ਗਈ, ਬਣ ਕੇ ਬਣ ਕੇ ਆਪਾਂ ਨੂੰ ਦੇਖ ਕੇ ਰਾਜ ਖਾਲਸੇ ਦਾ ਹੀ ਹੋ ਗਿਆ, ਜਿੱਦਾਂ ਦਾ ਉਹ ਤੇ ਚੱਲ ਰਿਹਾ ਲੰਗਰ। ਸੀ ਇੱਕ ਚੀਜ਼ ਦੇਖੋ, ਇਹ ਲੰਗਰ ਦੇ ਵਿੱਚ ਆ, ਬਿਲਕੁਲ ਇਹ ਇਕੱਲਾ ਅਸੀਂ ਨਹੀਂ, ਇਹ ਸਿੰਘ ਕੁਛ ਪਟਿਆਲੇ ਤੋਂ ਨੇ, ਤੁਹਾਨੂੰ ਦੱਸਣਗੇ, ਉਸ ਵਿੱਚ ਸੰਗਤ ਆਪਣੇ ਲੁਧਿਆਣੇ ਤੋਂ ਵੀ ਆਉਂਦੀ ਹੈ ਇੱਥੇ, ਪਤਾ ਨਹੀਂ ਵੀ ਕਿੱਥੋਂ ਕਿੱਥੋਂ ਹੁਣ ਗੱਡੀ ਆਈ ਆ ਆਪਣੇ ਚੰਡੀਗੜ੍ਹ ਤੋਂ, ਸਾਨੂੰ ਦੁੱਧ ਦੇ ਕੇ ਗਏ ਨੇ ਉਹੀ ਸਿੰਘ ਪਾ ਕੇ, ਇੱਥੇ ਆ ਕੇ ਹੋਰ ਰਿਸ਼ਤੇਦਾਰੀਆਂ ਬਹੁਤ ਬਣ ਗਈਆਂ। ਕਿਹੜੀਆਂ ਰਿਸ਼ਤੇਦਾਰੀਆਂ ਜੀ? ਜਿਹੜਾ ਪਿਆਰ ਇੱਥੇ ਮਿਲਿਆ ਜ਼ਿੰਦਗੀ 'ਚ ਨਹੀਂ ਮਿਲਿਆ, ਜ਼ਿੰਦਗੀ 'ਚ ਨਹੀਂ ਮਿਲਿਆ, ਆਨੰਦ ਮੰਗਲ ਹੈ, ਚੜ੍ਹਦੀਆਂ ਕਲਾਂ 'ਚ ਹੈ ਅਤੇ ਸ਼ਾਂਤਮਈ ਹੈਗੇ ਹੈ, ਬਿਲਕੁਲ ਦੇਖੋ ਖੁਰਚਨੇ ਚਲਾਈ ਜਾਂਦੇ ਆ, ਬਿਲਕੁਲ ਅਸ਼ਾਂਤਮਈ ਕਰਨਗੇ ਫਿਰ 80 ਸਾਲ ਦੀ ਉਮਰ ਵਿੱਚ ਖੰਡਾ ਵੀ ਖੜਕ ਜਾਂਦਾ, ਖੁਰਚਨੇ ਵੀ ਖੜਕ ਜਾਂਦੇ, ਕੋਈ ਚੱਕਰ ਨਹੀਂ, ਚੜ੍ਹਦੀ ਕਲਾ ਜਾ, ਰਾਤ ਨੂੰ 24 ਘੰਟੇ ਲੰਗਰ ਚੱਲੂਗਾ, ਇੱਥੇ ਚਾਹ ਪਾਣੀ ਤਾਂ ਚੱਲਦਾ ਹੀ ਰਹਿੰਦਾ, ਅਸੀਂ ਬੰਦ ਨਹੀਂ ਕਰਦੇ, ਮਹਾਰਾਜ ਦੀ ਕਿਰਪਾ ਜੀ। ਆਪਣੇ ਪੁੱਠੇ ਕੰਮ ਛੇੜੇ ਹਨ ਬਚਪਨ ਵਾਲੇ। ਅੱਛਾ, ਬਚਪਨ ਹਾਂ ਜੀ, ਬਚਪਨ ਵਾਲੇ ਕੰਮ ਛੇੜੇ ਹਨ, ਵੀ ਅਸੀਂ ਤਾਂ ਮੋਦੀ ਦਾ ਦੇਣ ਨਹੀਂ ਦੇ ਸਕਦੇ, ਜਿਹਨੇ ਸਾਨੂੰ ਐਡੀ ਸੋਹਣੀ ਜਗ੍ਹਾ ਤੇ ਸਮਾਨਤਾ ਤੇ ਸਾਨੂੰ ਦਿੱਲੀ ਵਿਖਾਤੀ, ਅਸੀਂ ਕਦੀ ਦਿੱਲੀ ਨਹੀਂ ਵੇਖੀ, ਤੇ ਐਡੇ ਐਡੀਆਂ ਸੰਗਤਾਂ ਨੇ ਜਿਹਨਾਂ ਦੇ ਰੂਹ ਵੇਖਣ ਡਏ ਆ, ਤੇ ਆ ਗੁਰੂ ਮਹਾਰਾਜ ਦਾ ਕਰਛਾ ਤੇ ਚੱਲਣ ਨਹੀਂ ਡਿਆ। ਇੱਥੇ ਜੀ ਹੁਣ ਬਾਬੂ ਆਇਆ ਸੀ ਇੱਕ, ਤੇ ਉਹ ਕਹਿੰਦਾ ਮੈਂ ਕੱਲ ਨੂੰ ਆਪਣੀ ਘਰ ਵਾਲੀ ਨੂੰ ਦਵਾਈ ਦਵਾਉਣ ਗਿਆ ਉਧਰੋਂ ਦੀ ਉੱਪਰ ਨੂੰ, ਕਹਿੰਦੀ ਅੱਗੇ ਉਹਨੇ ਦੇਖ ਲੈ ਨਿਹੰਗ, ਕਹਿੰਦੀ ਛੇਤੀ ਚੱਲ ਮੈਨੂੰ ਦਵਾਈ ਦੀ ਲੋੜ ਕੋਈ ਨਹੀਂ, ਤੇ ਹੁਣ ਇਹ ਸੰਦ ਆ ਗਿਆ, ਕਹਿੰਦੀ ਮੈਂ ਨਹੀਂ ਜਾਣਾ ਦਵਾਈ ਲੈਣ, ਕਹਿੰਦਾ ਐਡੇ ਐਡੇ ਤਾਂ ਉਹਨਾਂ ਦੀਆਂ ਅੱਖਾਂ ਨੇ, ਤੇ ਕਹਿੰਦੀ ਐਡੇ ਐਡੀਆਂ ਕਿਰਪਾਨਾਂ ਨੇ, ਤੇ ਕਹਿੰਦੀ ਉਹਨਾਂ ਦਾ ਕੋਈ ਪਤਾ ਨਹੀਂ, ਉਹਨਾਂ ਦੇ 5 ਮਿੰਟ ਚ ਉਹ ਕਹਿੰਦਾ ਵੀ ਮਗਰ ਉਹਨੇ ਮਗਰ ਤਵੀਆਂ ਜਾਂ ਪਤਾ ਨਹੀਂ ਕੀ ਬਣੀਆਂ ਨੇ, ਤੇ ਕਹਿੰਦੀ ਵੀ ਉਹਦਾ ਡਰਦੀ, ਕਹਿੰਦੀ ਮੈਨੂੰ ਤਾਂ ਘਰੇ ਲੈ ਚੱਲ ਵੀ ਮੈਂ ਤਾਂ ਦਵਾਈ ਲੈਣ ਜਾਣਾ ਹੀ ਨਹੀਂ। ਹਾਂਜੀ, ਉਹ ਆਪਾਂ ਨੂੰ ਪਤਾ ਕਿਉਂ ਆਇਆ ਸੀ ਜੀ, ਉਹ ਆਪਣੇ ਸੇਵਾ ਵਾਸਤੇ ਆਇਆ ਸੀ, ਉਹ ਬੰਦਾ ਇੱਥੇ ਆਏ ਕੁਰਸੀ 'ਤੇ ਬੈਠਾ ਸੀ, ਉਹ ਕਹਿੰਦਾ ਜੀ ਮੇਰੇ ਘਰੇ ਤੁਸੀਂ ਜਾਓ, ਮੈਂ ਤੁਹਾਨੂੰ ਨਹਾਉਣ ਵਾਸਤੇ ਗਰਮ ਪਾਣੀ ਵੀ ਦਊਂਗਾ, ਸਾਬਣ ਵੀ, ਸਾਬਣ ਤੌਲੀਆ ਸਭ ਕੁਛ ਦਊਂ ਮੇਰੇ ਘਰੇ ਦਾ, ਚਲੋ ਤੁਸੀਂ ਕੱਪੜੇ ਤੁਹਾਡੇ ਧੋ ਕੇ ਸੁਕਾ ਕੇ ਦਊਂ, ਦੇਖੋ ਜੀ ਉਹ ਕਰਨਾ ਸਾਨੂੰ ਕਹਿ ਕੇ ਲੇਡੀਜ਼ ਨੂੰ ਉਹਨਾਂ ਨੇ।
ਕਿਤੇ ਨਾ ਕਿਤੇ ਹਰਿਆਣੇ ਦਾ ਇਸ ਚੀਜ਼ ਦਾ ਆਪਾਂ ਦੇਣ ਨਹੀਂ ਦੇ ਸਕਦੇ। ਬਹੁਤ ਵੱਡਾ ਸਾਥ ਦਿੱਤਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ। ਇੱਕ ਗੱਲ ਹੋਰ ਹੈ, ਆਹ ਜਿਵੇਂ ਸਾਹਮਣੇ ਇੱਧਰ ਦੇਖੋ, ਇੱਧਰ ਨੂੰ ਕੈਮਰਾ ਘੁਮਾਓ ਤੁਸੀਂ, ਇਹਨਾਂ ਦੀ ਮੋਟਰ ਹੈ 24 ਘੰਟੇ ਚੱਲਦੀ ਰਹਿੰਦੀ ਹੈ। ਇੱਕ ਇਹਨਾਂ ਦਾ ਇੱਧਰ ਸ਼ੈੱਡ ਆ ਬਹੁਤ ਵੱਡਾ, ਤੇ ਇਹਨਾਂ ਗੋਦਾਮ ਉਹ ਚ ਘੱਟੋ ਘੱਟ ਆਪਣਾ 1000 ਬੰਦਾ ਪਿਆ ਹੋਊਗਾ ਅੰਦਰ। ਉਹਨਾਂ ਨੇ ਆਪਣੇ ਵਾਸਤੇ ਲਾਈਟਾਂ ਲਾਤੀਆਂ, ਕੋਈ ਬਿੱਲ ਨਹੀਂ ਮੋਟਰਾਂ ਦੀ, 2 ਵਜੇ ਚਲਾਓ, ਰਾਤ ਨੂੰ 1 ਵਜੇ ਚਲਾਓ, ਜਦੋਂ ਸੰਗਤ ਚੱਲ ਪਈ ਉੱਥੇ ਚੱਲੀ ਜਾਣੇ ਮੋਟਰ ਨੇ। ਇਹਨਾਂ ਦਾ ਕੋਈ ਕਿਤੇ ਨਾ ਕਿਤੇ ਸਰਕਾਰਾਂ ਨੇ ਇਹ ਫੈਸਲੇ ਲੈ ਕੇ ਸਾਡਾ ਜਿਹੜਾ ਪਿਆਰ ਹੋਰ ਗੂੜਾ ਕਰਤਾ। ਮੈਂ ਆਨੰਦ ਦੇਖੋ, ਇਹਨਾਂ ਨੇ ਇੱਕ ਚੀਜ਼ ਸੀ, ਇਹਨਾਂ ਨੇ ਸਰਕਾਰ ਨੂੰ ਇਹ ਸੀ ਵੀ ਯਾਰ ਪੰਜਾਬ ਤੱਕ ਨਸ਼ਈ ਹੈਗਾ, ਵੀ ਇਹਨਾਂ ਨੇ ਚਿੱਟਾ ਪੀਤਾ ਜਿੱਥੇ ਜੀ ਕਰਾ ਟੇਢੇ ਹੋ ਗਏ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਪੰਜਾਬ ਨਹੀਂ, ਉਹ ਸਾਡਾ ਚੜ੍ਹਦਾ ਪੰਜਾਬ ਹੈ। ਬਿਲਕੁਲ, ਜਿਹਨੇ ਅੱਜ ਤੱਕ ਕਿਸੇ ਨੂੰ ਖੰਘਣ ਨਹੀਂ ਦਿੱਤਾ, ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ। ਇੱਕ ਤੁਸੀਂ ਹੋਰ ਚੀਜ਼ ਦੇਖੋ, ਇਹ ਸਾਡਾ ਕਿਰਦਾਰ ਪਰਖਣ ਵਾਸਤੇ ਆਉਂਦੇ ਨੇ। ਬਿਲਕੁਲ, ਕਦੇ ਸ਼ਰਾਬਾਂ ਵਾਲੇ ਭੇਜ ਦਿੰਦੇ ਨੇ, ਕਦੇ ਉਹੋ ਜਿਹੀਆਂ ਇਸਤਰੀਆਂ ਨੂੰ ਭੇਜ ਦਿੰਦੇ ਨੇ ਵੀ ਇਹ ਗੰਦੀਆਂ ਹਰਕਤਾਂ ਵਾਸਤੇ। ਤੁਹਾਨੂੰ ਗੱਲ ਦੱਸਦੇ ਹਾਂ, ਹਰੀ ਸਿੰਘ ਨਲੂਆ ਹੋਇਆ ਆਪਣਾ, ਮਾਨੋ ਨਾਮ ਦੀ ਲੜਕੀ ਉਹਦੇ ਕੋਲ ਆਈ, ਉਹਨੂੰ ਪਹਿਲਾਂ ਬੈਠੀ ਆ ਕੇ ਉਹਨੂੰ ਕਹਿੰਦੀ ਬਾਬਾ ਜੀ ਮੈਂ ਬਹੁਤ ਸੁਣਿਆ ਵੀ ਤੁਹਾਡੇ ਕੋਲ ਜਿਹੜਾ ਵੀ ਖਾਲਸੇ ਕੋਲ ਕੋਈ ਚੀਜ਼ ਮੰਗਦਾ ਤੁਸੀਂ ਖਾਲੀ ਨਹੀਂ ਮੋੜਦੇ। ਤੇ ਉਹ ਕਹਿੰਦਾ ਕਹਿੰਦਾ ਮੈਂ ਕੱਲ੍ਹ ਉਹਨੂੰ ਆਪਣੇ ਘਰ ਵਾਲੀ ਨੂੰ ਦਵਾਈ ਦਵਾਉਣ ਗਿਆ ਉੱਧਰੋਂ ਦੀ ਉੱਪਰ ਨੂੰ, ਕਹਿੰਦੀ ਅੱਗੇ ਉਹਨੇ ਦੇਖ ਲਏ ਨਿਹੰਗ, ਕਹਿੰਦੀ ਛੇਤੀ ਚੱਲ ਮੈਨੂੰ ਦਵਾਈ ਦੀ ਲੋੜ ਕੋਈ ਨਹੀਂ, ਤੇ ਹੁਣ ਇਸ ਆ ਗਿਆ, ਕਹਿੰਦੀ ਮੈਂ ਨਹੀਂ ਜਾਣਾ ਦਵਾਈ ਲੈਣ, ਕਹਿੰਦਾ ਐਡੀ ਐਡੀ ਤਾਂ ਉਹਨਾਂ ਦੀ ਅੱਖਾਂ ਨੇ, ਤੇ ਕਹਿੰਦੀ ਐਡੀ ਐਡੀਆਂ ਕਿਰਪਾਨਾਂ ਨੇ, ਤੇ ਕਹਿੰਦੀ ਉਹਨਾਂ ਦਾ ਕੋਈ ਪਤਾ ਨਹੀਂ, ਉਹਨਾਂ ਨੇ 5 ਮਿੰਟ ਚ ਉਹ ਕਹਿੰਦਾ ਵੀ ਮਗਰ ਉਹਨੇ ਮਗਰ ਤਵੀਆਂ ਜਾਂ ਪਤਾ ਨਹੀਂ ਕੀ ਬਣੀਆਂ ਨੇ, ਤੇ ਕਹਿੰਦੀ ਵੀ ਉਹਦਾ ਡਰਦੀ, ਕਹਿੰਦੀ ਮੈਨੂੰ ਤਾਂ ਘਰੇ ਲੈ ਚੱਲ ਵੀ ਮੈਂ ਤਾਂ ਦਵਾਈ ਲੈਣ ਜਾਣਾ ਹੀ ਨਹੀਂ। ਹਾਂਜੀ, ਉਹ ਆਪਾਂ ਨੂੰ ਪਤਾ ਕਿਉਂ ਆਇਆ ਸੀ ਜੀ, ਉਹ ਆਪਣੇ ਸੇਵਾ ਵਾਸਤੇ ਆਇਆ ਸੀ, ਉਹ ਬੰਦਾ ਇੱਥੇ ਆਏ ਕੁਰਸੀ 'ਤੇ ਬੈਠਾ ਸੀ, ਉਹ ਕਹਿੰਦਾ ਜੀ ਮੇਰੇ ਘਰੇ ਤੁਸੀਂ ਜਾਓ, ਮੈਂ ਤੁਹਾਨੂੰ ਨਹਾਉਣ ਵਾਸਤੇ ਗਰਮ ਪਾਣੀ ਵੀ ਦਊਂਗਾ, ਸਾਬਣ ਵੀ, ਸਾਬਣ ਤੌਲੀਆ ਸਭ ਕੁਛ ਦਊਂ ਮੇਰੇ ਘਰੇ ਦਾ, ਚਲੋ ਤੁਸੀਂ ਕੱਪੜੇ ਤੁਹਾਡੇ ਧੋ ਕੇ ਸੁਕਾ ਕੇ ਦਊਂ। ਦੇਖੋ ਜੀ ਉਹ ਕਰਨਾ ਕਹਿ, ਸਾਨੂੰ ਕਹਿ ਕੇ ਲੇਡੀਜ਼ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਹਰਿਆਣੇ ਦਾ ਇਸ ਚੀਜ਼ ਦਾ ਆਪਾਂ ਦੇਣ ਨਹੀਂ ਦੇ ਸਕਦੇ। ਬਹੁਤ ਵੱਡਾ ਸਾਥ ਦਿੱਤਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ। ਵੀਰ ਇੱਕ ਗੱਲ ਹੋਰ ਹੈ, ਆਹ ਜਿਵੇਂ ਸਾਹਮਣੇ ਇੱਧਰ ਦੇਖੋ, ਇੱਧਰ ਨੂੰ ਕੈਮਰਾ ਘੁਮਾਓ ਤੁਸੀਂ, ਇਹਨਾਂ ਦੀ ਮੋਟਰ ਹੈ 24 ਘੰਟੇ ਚੱਲਦੀ ਰਹਿੰਦੀ ਹੈ। ਇੱਕ ਇਹਨਾਂ ਦਾ ਇੱਧਰ ਸ਼ੈੱਡ ਆ ਬਹੁਤ ਵੱਡਾ, ਤੇ ਇਹਨਾਂ ਗੋਦਾਮ ਉਹ ਚ ਘੱਟੋ ਘੱਟ ਆਪਣਾ 1000 ਬੰਦਾ ਪਿਆ ਹੋਊਗਾ ਅੰਦਰ। ਉਹਨਾਂ ਨੇ ਆਪਣੇ ਵਾਸਤੇ ਲਾਈਟਾਂ ਲਾਤੀਆਂ, ਕੋਈ ਬਿੱਲ ਨਹੀਂ ਮੋਟਰਾਂ ਦੀ, 2 ਵਜੇ ਚਲਾਓ, ਰਾਤ ਨੂੰ 1 ਵਜੇ ਚਲਾਓ, ਜਦੋਂ ਸੰਗਤ ਚੱਲ ਪਈ ਉੱਥੇ ਚੱਲੀ ਜਾਣੇ ਮੋਟਰ ਨੇ। ਇਹਨਾਂ ਦਾ ਕੋਈ ਕਿਤੇ ਨਾ ਕਿਤੇ ਸਰਕਾਰਾਂ ਨੇ ਇਹ ਫੈਸਲੇ ਲੈ ਕੇ ਸਾਡਾ ਜਿਹੜਾ ਪਿਆਰ ਹੋਰ ਗੂੜਾ ਕਰਤਾ। ਮੈਂ ਆਨੰਦ ਦੇਖੋ, ਇਹਨਾਂ ਨੇ ਇੱਕ ਚੀਜ਼ ਸੀ, ਇਹਨਾਂ ਨੇ ਸਰਕਾਰ ਨੂੰ ਇਹ ਸੀ ਵੀ ਯਾਰ ਪੰਜਾਬ ਤੱਕ ਨਸ਼ਈ ਹੈਗਾ, ਵੀ ਇਹਨਾਂ ਨੇ ਚਿੱਟਾ ਪੀਤਾ ਜਿੱਥੇ ਜੀ ਕਰਾ ਟੇਢੇ ਹੋ ਗਏ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਪੰਜਾਬ ਨਹੀਂ, ਉਹ ਸਾਡਾ ਚੜ੍ਹਦਾ ਪੰਜਾਬ ਹੈ। ਬਿਲਕੁਲ, ਜਿਹਨੇ ਅੱਜ ਤੱਕ ਕਿਸੇ ਨੂੰ ਖੰਘਣ ਨਹੀਂ ਦਿੱਤਾ, ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ। ਇੱਕ ਤੁਸੀਂ ਹੋਰ ਚੀਜ਼ ਦੇਖੋ, ਇਹ ਸਾਡਾ ਕਿਰਦਾਰ ਪਰਖਣ ਵਾਸਤੇ ਆਉਂਦੇ ਨੇ। ਬਿਲਕੁਲ, ਕਦੇ ਸ਼ਰਾਬਾਂ ਵਾਲੇ ਭੇਜ ਦਿੰਦੇ ਨੇ, ਕਦੇ ਉਹੋ ਜਿਹੀਆਂ ਇਸਤਰੀਆਂ ਨੂੰ ਭੇਜ ਦਿੰਦੇ ਨੇ ਵੀ ਇਹ ਗੰਦੀਆਂ ਹਰਕਤਾਂ ਵਾਸਤੇ। ਤੁਹਾਨੂੰ ਗੱਲ ਦੱਸਦੇ ਹਾਂ, ਹਰੀ ਸਿੰਘ ਨਲੂਆ ਹੋਇਆ ਆਪਣਾ, ਮਾਨੋ ਨਾਮ ਦੀ ਲੜਕੀ ਉਹਦੇ ਕੋਲ ਆਈ, ਉਹਨੂੰ ਪਹਿਲਾਂ ਬੈਠੀ ਆ ਕੇ ਉਹਨੂੰ ਕਹਿੰਦੀ ਬਾਬਾ ਜੀ ਮੈਂ ਬਹੁਤ ਸੁਣਿਆ ਵੀ ਤੁਹਾਡੇ ਕੋਲ ਜਿਹੜਾ ਵੀ ਖਾਲਸੇ ਕੋਲ ਕੋਈ ਚੀਜ਼ ਮੰਗਦਾ ਤੁਸੀਂ ਖਾਲੀ ਨਹੀਂ ਮੋੜਦੇ।